ਅਸੀਂ ਨਾ ਜਦੋਂ 8ਵੀਂ 9ਵੀਂ ਜਮਾਤ ਦੇ ਵਿੱਚ ਪੜਦੇ ਸੀਗੇ ਤਾਂ ਸਾਡੇ ਇੱਕ ਉਸਤਾਦ ਨੇ ਨਾ ਇੱਕ ਦਿਨ ਸਾਨੂੰ ਆਖਿਆ ਕਿ ਦੁਨੀਆ ਦੇ ਵਿੱਚ ਐਸਾ ਵੀ ਕੋਈ ਖਿੱਤਾ ਹੈਗਾ ਐਸੀ ਵੀ ਕੋਈ ਜਗ੍ਹਾ ਹੈਗੀ ਹੈ ਜਿੱਥੇ 6 ਮਹੀਨੇ ਦਿਨ ਰਹਿੰਦਾ ਤੇ 6 ਮਹੀਨੇ ਰਾਤ ਰਹਿੰਦੀ ਹੈ ਤੇ ਅਸੀਂ ਨਾ ਬੈਗ ਬੈਂਚਰ ਹੁੰਦੇ ਸੀ ਤੇ ਅਸੀਂ ਉਹਨਾਂ ਦੇ ਗੱਲ ਤੇ ਮੁਸਕਰਾਏ ਅਣਗੋਲਾ ਜਿਹਾ ਕੀਤਾ ਤੇ ਮਜ਼ਾਕ ਜਿਹਾ ਕੀਤਾ ਕਿ ਭਈ ਇਹੋ ਜਿਹੀ ਵੀ ਕੋਈ ਜਗ੍ਹਾ ਹੋ ਸਕਦੀ ਹੋ ਸਕਦਾ ਮਾਸਟਰ ਨੂੰ ਨਾ 2 ਮਹੀਨੇ ਤਨਖਾਹ ਨਹੀਂ ਮਿਲੀ ਤੇ ਸ਼ਾਇਦ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਲੇਕਿਨ ਅੱਜ ਜੋ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਤੁਹਾਨੂੰ ਵੀ ਲੱਗੇਗਾ ਕਿ ਮੈਂ ਮਜ਼ਾਕ ਕਰ ਰਿਹਾ ਆ ਸੂਰਜ ਵੇਖ ਲਓ ਤੇ ਇਸ ਵੇਲੇ ਰਾਤ ਦੇ 11 ਵਜ ਕੇ 49 ਮਿੰਟ ਹੋਏ ਨੇ ਇਹ ਰਾਤ ਦੇ 11 ਵਜ ਕੇ 49 ਮਿੰਟ ਹੋਏ ਨੇ ਤੇ ਸੂਰਜ ਜਿਹੜਾ ਹੈ ਨਾ ਐਵੇਂ ਹੀ ਆ ਕੇ ਨਾ ਇਧਰੋਂ ਐਂ ਜਾ ਕੇ ਤੇ ਐਂਜ ਹੋ ਜਾਂਦਾ ਤੁਸੀਂ ਮੰਨਣਾ ਨਹੀਂ ਹੈ ਇਸ ਕਰਕੇ ਆਪਾਂ ਥੋੜੇ ਜਿਹਾ ਹੋਰ ਸਬੂਤ ਦੇ ਦਿੰਨੇ ਤੁਹਾਨੂੰ ਇਹ ਇਹ ਵੇਖੋ ਜੀ ਇਸ ਵੇਲੇ ਨੈਪ ਜਗਾ ਔਰ ਨੈਪ ਦੇ ਵਿੱਚ ਨਾਓ 12 ਵਜੇ 1 ਵਜੇ 2 ਵਜੇ 3 ਵਜੇ ਸੂਰਜ ਰਹਿਣਾ ਹੀ ਰਹਿਣਾ ਸੋ ਆਪਾਂ ਮੇਰੇ ਨਾਲ ਦੋ ਦੋਸਤ ਵੀ ਨੇ دیਵੰਗ ਔਰ ਸਾਬੀ ਭਾਜੀ ਸਪੇਨ ਤੋਂ ਆਪਾਂ ਸਫਰ ਕਰਦੇ ਕਰਦੇ ਇਸ ਜਗ੍ਹਾ ਦੇ ਉੱਪਰ ਪਹੁੰਚੇ ਆਂ ਔਰ ਇਹ ਜਗ੍ਹਾ ਸੀ ਮਿੱਠੀ ਸੀ ਕਿ ਆਪਾਂ ਇੱਥੇ ਤੱਕ ਪਹੁੰਚਣਾ ਹੈ ਲੈਫੋਟੇਨ ਵੀ ਇਹਨੂੰ ਕਹਿੰਦੇ ਨੇ ਨਾਰਵੇ ਦੇ ਵਿੱਚ ਹੈ ਔਰ ਇਸ ਜਗ੍ਹਾ ਨੂੰ ਕਹਿੰਦੇ ਨੇ ਕਿ ਇਹ ਆਰਟਿਕ ਜ਼ੋਨ ਆਰਟਿਕ ਸਰਕਲ ਕਹ ਲੋ ਕਿ ਇੱਥੇ ਰੱਬ ਦੀ ਇੱਕ ਐਸੀ ਬਣਾਈ ਹੋਈ ਜਗ੍ਹਾ ਦੁਨੀਆ ਦੀ ਉੱਪਰ ਵਾਲੀ ਸਾਈਡ ਹੈ ਕਿ ਇੱਥੇ ਜਿਹੜੀ ਹੈ ਉਹ 6 ਮਹੀਨੇ ਦਿਨ ਰਹਿੰਦਾ ਹੈ ਤੇ 6 ਮਹੀਨੇ ਰਹਿੰਦੀ ਹੈ 6 ਮਹੀਨੇ ਜਿਹੜੀ ਹੈ ਉਹ ਰਾਤ ਰਹਿੰਦੀ ਹੈ ਬਹਰਲ ਜੋ ਵੀ ਪਰਮਾਤਮਾ ਦਾ ਇੱਕ ਬਣਾਇਆ ਹੋਇਆ ਇੱਕ ਸਿਸਟਮ ਹੈ ਉਹ ਸਾਡੀ ਸਮਝ ਤੋਂ ਬਾਹਰ ਹੈ ਲੇਕਿਨ ਅਮੂਮਨ ਆਪਾਂ ਵੇਖਦੇ ਆ ਨਾ ਕਿ ਕਿਸੇ ਨੇ ਕੋਈ ਚਿੱਤਰਕਾਰੀ ਕੀਤੀ ਹੁੰਦੀ ਹੈ ਪੇਂਟਿੰਗ ਬਣਾਈ ਹੁੰਦੀ ਹੈ ਤੇ ਉਹਦੇ ਉੱਪਰ ਅਮੂਮਨ ਆਪਣਾ ਨਾਮ ਉਹਦੇ ਥੱਲੇ ਲਿਖਿਆ ਹੁੰਦਾ ਹੈ ਇਥੇ ਕਿਧਰੇ ਵੀ ਰੱਬ ਸੋਹਣੇ ਨੇ ਆਪਣਾ ਨਾਮ ਨਹੀਂ ਲਿਖਿਆ ਲੇਕਿਨ ਹਾਂ ਇਹ ਥਾਵਾਂ ਵੇਖ ਕੇ ਖੁਦ ਬਖੁਦ ਉਹਦਾ ਨਾਂ ਜਿਹੜਾ ਹੈ ਨਾ ਸਾਡੇ ਮੂੰਹ ਤੋਂ ਨਿਕਲ ਆਂਦਾ ਹੈ ਸੋ ਸਾਡਾ ਸਫਰ ਹਜੇ ਜਾਰੀ ਹੈ ਹੋਰ ਇਸ ਤਰ੍ਹਾਂ ਦੀਆਂ ਖੂਬਸੂਰਤ ਥਾਵਾਂ ਤੇ ਫਿਰ ਤੁਹਾਨੂੰ ਨਾਲ ਮਿਲਦੇ ਹਾਂ ਰੱਬ ਰੱਖਾ